ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡੇ ਆਪਣੇ ਚੈਨਲ ਐਜ਼ੂਮੈਟ ਕੀ ਸੋਲੂਸ਼ਨ ਅਤੇ ਮੈਂ ਤੁਹਾਡਾ ਦੋਸਤ ਵਰਿੰਦਰ ਲੈ ਕੇ ਆਉਣਾ ਹਰ ਉਸ ਨਵੀਂ ਅਤੇ ਤਾਜ਼ਾ ਅਪਡੇਟ। ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਪੋਸਟ ਆਈਆਂ ਨੇ ਉਹਨਾਂ ਬਾਰੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਇਹ ਪਰਫੋਰਮਾ ਜਿਹੜਾ ਤੁਹਾਡੇ ਸਾਹਮਣੇ ਆ ਇਹਨੂੰ ਤੁਸੀਂ ਫਿਲ ਕਰਕੇ ਜਿਹੜਾ ਕੀ ਆ ਦਿੱਤੇ ਹੋਏ ਐਡਰੈਸ 'ਤੇ ਅਤੇ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨਾ ਗਾ। ਆਪਾਂ ਪੋਸਟਾਂ ਬਾਰੇ ਜਾਣਕਾਰੀ ਲੈਂਦੇ ਹਾਂ, ਲਾਸਟ ਡੇਟ ਬਾਰੇ ਜਾਣਕਾਰੀ ਲੈਂਦੇ ਹਾਂ, ਕੁਆਲੀਫਿਕੇਸ਼ਨ ਬਾਰੇ ਜਾਣਕਾਰੀ ਲੈਂਦੇ ਹਾਂ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ, ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਵਾਲੇ ਆਈਕਨ ਨੂੰ ਜ਼ਰੂਰ ਕਲਿੱਕ ਕਰ ਦਿਓ। ਪੋਸਟਾਂ ਨੇ ਜਿਹੜੀਆਂ ਦਫ਼ਤਰ ADC ਕੰਮ ADPC ਮਨਰੇਗਾ ਮੋਗਾ ਦੇ ਵਿੱਚ, ਟੈਕਨੀਕਲ ਅਸਿਸਟੈਂਟ ਦੀਆਂ 5 ਅਸਾਮੀਆਂ ਨੇ, ਉਮਰ ਆ ਜਿਹੜੀ 18 ਤੋਂ 37, BC 1, SC 1, ਜਰਨਲ 2, 1 EWS, 15,000 ਤੋਂ ਲੈ ਕੇ 900 ਸਕਿੱਲ ਜਿਹੜੀ ਤੁਹਾਡੀ ਪੇ ਹੋਊਗੀ ਬੇਸਿਕ। ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਤੁਹਾਡਾ ਹੋਣਾ ਚਾਹੀਦਾ ਗਾ। ਲਾਸਟ ਡੇਟ ਆ ਜਿਹੜੀ ਉਹ 29/1/2021 ਨੂੰ ਸ਼ਾਮ 4 ਵਜੇ ਆ, ਅਤੇ ਜਿਹੜਾ ਤੁਹਾਡੀ ਪ੍ਰੀਖਿਆ ਹੋਊਗੀ, ਪ੍ਰੀਖਿਆ ਦੇ ਵਿੱਚ ਸਿਵਲ ਇੰਜੀਨੀਅਰ ਦੇ 60 ਕੁਸ਼ਚਨ ਆਉਣਗੇ, IT ਸਕਿੱਲ ਦੇ 20, ਜਰਨਲ ਨੌਲੇਜ, ਮੈਥਮੈਟੀਕਲ, ਵਰਬਲ, ਨੋਨ ਵਰਬਲ ਦੇ 15 ਅਤੇ 5 ਨੰਬਰ ਐਕਸਪੀਰੀਅੰਸ ਦੇ, ਟੋਟਲ 100 ਨੰਬਰ ਦਾ ਤੁਹਾਡਾ ਟੈਸਟ ਹੋਊਗਾ। ਐਲੀਜੀਬਲ ਕੈਂਡੀਡੇਟ ਨੇ ਆਪਣੀ ਪ੍ਰੀਖਿਆ ਦੇ ਸਕਦੇ ਨੇ, ਦਿੱਤੀ ਹੋਈ ਡੇਟ ਤੋਂ ਪਹਿਲਾਂ ਆਪਣਾ ਫੋਰਮ ਅਪਲਾਈ ਕਰ ਸਕਦੇ ਨੇ। ਹੋਰ ਇਸ ਤਰ੍ਹਾਂ ਦੀਆਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਵੱਧ ਤੋਂ ਵੱਧ ਕਰੋ। ਥੈਂਕ ਯੂ।